ਪੰਜਾਬ ਸਰਕਾਰ ਵੱਲੋਂ ਕਰੋਨਾ 19 ਨੂੰ ਦੇਖਦੇ ਹੋਏ ਜੋ ਵਾਇਰਸ ਚੱਲ ਰਿਹਾ ਹੈ ਉਸ ਕਾਫੀ ਪ੍ਰਬੰਧ ਕੀਤੇ ਹੋਏ ਹਨ। ਪਰ ਕੱਲ੍ਹ ਇੱਕ ਲੇਡੀ ਜਿਹਦਾ ਨਾਂ ਸੁਰਿੰਦਰ ਕੌਰ ਹੈ, ਸ਼ਿਮਲਾਪੁਰੀ ਦੀ ਰਹਿਣ ਵਾਲੀ ਸੀ, ਉਹ ਪਿੱਛੇ ਜੇ ਆਪਣੇ ਰਿਸ਼ਤੇਦਾਰ ਕੋਲ ਮੋਹਾਲੀ ਗਈ ਸੀ ਔਰ ਉੱਥੋਂ ਬਿਮਾਰ ਹੋ ਕੇ ਉਹ ਲੁਧਿਆਣਾ ਪਹੁੰਚੀ ਸੀ ਔਰ ਉਹ ਕਰੋਨਾ ਦੀ ਪੋਜ਼ਿਟਿਵ ਉਹ 'ਚ ਪਾਇਆ ਗਿਆ ਸੀ ਕਣ ਔਰ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਲੇਕਿਨ ਉਹ ਕੱਲ੍ਹ ਜਿਹੜੀ ਹੈ ਉਸ ਦੀ ਮੌਤ ਹੋ ਗਈ ਸੀ। ਔਰ ਜਦੋਂ ਉਸ ਦੀ ਮੌਤ ਹੋਈ ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੂੰ ਕਿਹਾ ਗਿਆ ਵੀ ਆਪਣੀ ਡੈੱਡ ਬੋਡੀ ਲਿਜਾਓ ਔਰ ਜਿਹੜੇ ਇਹਦਾ ਸੰਸਕਾਰ ਕਰਨਾ ਉਸ ਵਾਸਤੇ ਇੰਤਜ਼ਾਮ ਕੀਤਾ ਜਾਓ। ਉਸ ਦੇ ਪਰਿਵਾਰ ਦੇ ਲੋਕਾਂ ਨੇ ਉਸ ਬੋਡੀ ਨੂੰ ਕਲੇਮ ਨਹੀਂ ਕੀਤਾ ਬਲਕਿ ਕਿਹਾ ਇਹ ਤੁਸੀਂ ਤੁਹਾਡੀ ਜ਼ਿੰਮੇਵਾਰੀ ਹੈ ਔਰ ਤੁਸੀਂ ਕਰੋ। ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਜਿਹੜੇ ਸੀਗੇ ਡਿਊਟੀ ਮਜਿਸਟਰ ਅਤੇ ਮਿਸਟਰ ਜਗਸੀਰ ਸਿੰਘ ਉਹਨਾਂ ਦੀ ਅਤੇ ਹੋਰ ਪੁਲਿਸ ਔਫਿਸਰ ਦੀ ਡਿਊਟੀ ਲਗਾਈ ਗਈ ਕਿ ਉਹ ਮੌਕੇ 'ਤੇ ਜਾਣ ਔਰ ਡੈੱਡ ਬੋਡੀ ਨੂੰ ਲੈਣ ਔਰ ਤਹਿਸੀਲਦਾਰ ਸਾਹਿਬ ਮਿਸਟਰ ਜਗਸੀਰ ਸਿੰਘ ਉਹਨਾਂ ਵੱਲੋਂ ਬਕਾਇਦਾ ਤੌਰ 'ਤੇ ਰਸੀਦ ਦੇ ਕੇ ਉਹ ਬੋਡੀ ਨੂੰ ਹਾਸਲ ਕੀਤਾ ਗਿਆ। ਉਸ ਤੋਂ ਬਾਅਦ ਉਸ ਨੂੰ ਸ਼ਮਸ਼ਾਨ ਭੂਮੀ ਉੱਪਰ ਲੈ ਕੇ ਗਏ। ਉਸ ਦਾ ਪਰਿਵਾਰ ਜਿਹੜਾ 100 ਮੀਟਰ ਦੂਰ ਗੱਡੀ ਵਿੱਚ ਬੈਠਾ ਰਿਹਾ, ਉਹਨਾਂ ਨੂੰ ਬਹੁਤ ਵਾਰੀ ਕਿਹਾ ਗਿਆ ਕਿ ਉਹ ਆਉਣ ਔਰ ਆਪਣੇ ਜਿਹੜੀ ਮਾਤਾ ਹੈ ਉਹਨਾਂ ਦੇ ਜਿਹੜੇ ਅੰਤਮ ਸੰਸਕਾਰ ਦੀਆਂ ਰਸਮਾਂ ਹੁੰਦੀਆਂ ਹਨ ਜੋ ਸਮਾਜ ਵਿੱਚ ਬਹੁਤ ਜ਼ਰੂਰੀ ਹੋਇਆ ਕਰਦੀਆਂ ਹਨ ਉਹਨਾਂ ਨੂੰ ਪੂਰਾ ਕਰਨ। ਅਸੀਂ ਤੱਕ ਉਹਨਾਂ ਨੂੰ ਇੱਥੇ ਤੱਕ ਵੀ ਕਿਹਾ ਵੀ ਤੁਸੀਂ ਉਹਦੇ ਕੋਲ ਬਿਲਕੁਲ ਨਹੀਂ ਜਾਓਗੇ, ਜਿਹੜੀ ਅਗਨੀ ਵੀ ਦੇਣੀ ਹੈ ਉਹ ਵੀ ਅਸੀਂ ਕੋਈ 10-12 ਫੁੱਟ ਦੇ ਬਾਂਸ ਦੇ ਉੱਪਰ ਅੱਗੇ ਅੱਗ ਲਗਾ ਦਾਂਗੇ, ਉਹ ਤੁਸੀਂ ਅਗਨੀ ਭੇਟਾ ਕਰ ਸਕਦੇ ਹੋ। ਇਸ ਤੋਂ ਇਲਾਵਾ ਉਹਨੂੰ ਪੂਰੇ ਬੋਡੀ ਪ੍ਰੋਟੈਕਟਰ ਵੀ ਅਸੀਂ ਲਿਆਉਂਦੇ ਹੋਏ ਸੀ ਤਾਂ ਕਿ ਉਸਨੂੰ ਪਾਉਂਗੇ ਪੂਰਾ ਸੈਨੇਟਾਈਜ਼ ਕਰਕੇ ਫਿਰ ਤੁਹਾਨੂੰ ਉੱਥੇ ਲਾ ਕੇ ਜਾਣ ਦਿੱਤਾ ਜਾਊਗਾ। ਪਰ ਉਹ ਪਰਿਵਾਰ ਆਪਣੀ ਕਾਰ ਦੇ ਵਿੱਚੋਂ ਨਹੀਂ ਨਿਕਲਿਆ। ਅਖੀਰ ਸਾਡੇ ਡਿਊਟੀ ਮੈਜਿਸਟਰੇਟ ਮਿਸਟਰ ਜਗਸੀਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਔਰ ਉੱਥੋਂ ਦੇ ਹੀ ਇੱਕ ਕਰਮਚਾਰੀ ਜਿਹੜਾ ਸ਼ਮਸ਼ਾਨ ਘਾਟਦਾ ਸੀ ਉਸ ਨੂੰ ਇਸ ਗੱਲ ਲਈ ਤਿਆਰ ਕੀਤਾ ਗਿਆ, ਜਿਸ ਨੂੰ ਬਕਾਇਦਾ ਪ੍ਰੋਪਰ ਕਿੱਟ ਪਾ ਕੇ ਉਸ ਨੂੰ ਸੈਨੇਟਾਈਜ਼ ਕਰਕੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਸਨ ਜੋ ਰੂਟੀਨ 'ਚ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਉਹਦੇ ਰਾਹੀਂ ਉਸ ਦਾ ਸੰਸਕਾਰ ਅਸੀਂ ਕਰਵਾਇਆ ਹੈ। ਇੱਕ ਬਹੁਤ ਮੰਦਭਾਗੀ ਘਟਨਾ ਹੈ ਕਿ ਅਸੀਂ ਜਿਸ ਮਾਂ ਨੇ ਸਾਨੂੰ ਪੈਦਾ ਕੀਤਾ ਹੈ ਉਸਨੇ ਵੱਡਾ ਕੀਤਾ ਹੈ ਔਰ ਹਰੇਕ ਮਾਂ ਬਾਪ ਦੀ ਇੱਕ ਆਖਰੀ ਇੱਛਾ ਇਹ ਹੁੰਦੀ ਹੈ ਕਿ ਉਸਦੇ ਪੁੱਤ ਉਸਦੇ ਬੱਚੇ ਮੈਨੂੰ ਮੋਢਾ ਦੇਣ ਅਰਥੀ ਨੂੰ ਅਤੇ ਅੰਤ ਦੇ ਵਿੱਚ ਉਹਦਾ ਸੰਸਕਾਰ ਜਿਹੜਾ ਹੈ ਉਹਦੀ ਚਿਤਾ ਨੂੰ ਅੱਗ ਵੀ ਉਹਦੇ ਬੱਚੇ ਲਾਉਣ। ਔਰ ਮੈਂ ਸੋਚਦਾ ਹਾਂ ਕਿ ਉਹ ਮਾਂ ਕਿੱਡੀ ਮਤਲਬ ਜਿਹਨੂੰ ਕਿਸਮਤ ਦੀ ਮਾੜੀ ਹੈ ਜਿਹਨੂੰ ਇਹ ਚੀਜ਼ ਨਸੀਬ ਨਹੀਂ ਹੋਈ, ਲੇਕਿਨ 100 ਮੀਟਰ ਦੂਰ ਬੈਠੇ ਸਿਰਫ ਉਹ ਸਾਰੀ ਇਹ ਕਾਰਵਾਈ ਨੂੰ ਦੇਖਦੇ ਰਹੇ। ਕਿਉਂਕਿ ਬੰਦੇ ਦਾ ਸੰਸਕਾਰ ਤੋਂ ਬਾਅਦ ਇੱਕ ਅੰਤਮ ਅਰਦਾਸ ਹੋਣੀ ਜ਼ਰੂਰੀ ਹੁੰਦੀ ਹੈ। ਸੋ ਇਸ ਸੰਬੰਧ ਦੇ ਵਿੱਚ ਮੈਂ ਖੁਦ ਅਤੇ ਲੁਧਿਆਣੇ ਦੇ SDM ਵੈਸਟ ਮਿਸਟਰ ਅਮਰਿੰਦਰ ਸਿੰਘ ਮੱਲੀ ਔਰ DPRO ਇਹਨਾਂ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਣੇ ਨਿੱਜੀ ਜੇਬ ਦੇ ਵਿੱਚੋਂ ਖਰਚਾ ਕਰਕੇ ਉਸਦੀ ਆਤਮਕ ਸ਼ਾਂਤੀ ਦੇ ਲਈ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਜੋ ਕਿ ਮਾਡਲ ਟਾਊਨ ਵਿੱਚ ਸਥਿਤ ਹੈ ਉੱਥੇ ਅਖੰਡ ਪਾਠ ਸਾਹਿਬ ਉਹਦੀ ਯਾਦ ਦੇ ਵਿੱਚ ਰਖਾਵਾਂਗੇ ਔਰ ਸ਼ਨੀਵਾਰ ਨੂੰ ਇਸ ਦਾ ਭੋਗ ਪਾਇਆ ਜਾਏਗਾ ਔਰ ਉਦਣ ਦੀ ਅੰਤਮ ਅਰਦਾਸ ਜਿਹੜੀ ਅਸੀਂ ਕਰਾਂਗੇ। ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਅਸੀਂ ਇਨਸਾਨ ਜ਼ਰੂਰ ਬਣੀਏ, ਆਪਣੀ ਇਨਸਾਨੀਅਤ ਨਾ ਛੱਡੀਏ, ਐਸਾ ਨਾ ਹੋਵੇ ਕਿ ਅਸੀਂ ਇੱਕ ਦੂਜੇ ਤੋਂ ਹਮੇਸ਼ਾ ਲਈ ਦੂਰ ਹੁੰਦੇ ਜਾਈਏ। ਮੈਂ ਲੋਕਾਂ ਨੂੰ ਫਿਰ ਅਪੀਲ ਕਰਾਂਗਾ ਕਿ ਅਜਿਹੇ ਸਮੇਂ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ, ਐਡਮਿਨਿਸਟ੍ਰੇਸ਼ਨ ਦਾ ਸਾਥ ਦਿੱਤਾ ਜਾਵੇ। ਥੈਂਕ ਯੂ।